ਚੈਨਲ 'ਤੇ ਤੁਹਾਡਾ ਸਭ ਦਾ ਹਾਰਦਿਕ ਸਵਾਗਤ। ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਅੱਜ ਅਸੀਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਸੁੰਦਰ ਲਿਖਾਈ ਬਾਰੇ। ਸੁੰਦਰ ਲਿਖਾਈ ਹਰ ਇੱਕ ਦਾ ਮਨ ਮੋਹਦੀ ਹੈ। ਮਨੁੱਖ ਦੀ ਸ਼ਖਸੀਅਤ ਦਾ ਪ੍ਰਭਾਵ ਵੀ ਤਾਂ ਉਸਦੀ ਲਿਖਤ ਵਿੱਚੋਂ ਹੀ ਝਲਕਦਾ ਹੈ। ਭਾਸ਼ਾ ਸਿੱਖਿਆ ਦਾ ਮੁੱਖ ਆਧਾਰ ਲਿਖਣਾ ਹੈ। ਲਿਖਣ ਕਲਾ ਵਿੱਚ ਮੁਹਾਰਤ ਲਿਆਉਣ ਲਈ, ਬੱਚੇ ਨੂੰ ਅੱਖਰਾਂ ਦੀ ਬਣਾਵਟ ਸਿਖਾਉਣ ਲਈ, ਵੱਧ ਤੋਂ ਵੱਧ ਅਭਿਆਸ ਕਰਨ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ। ਅਭਿਆਸ ਕਰਨ ਨਾਲ ਉਹਨਾਂ ਦੀ ਲਿਖਾਵਟ ਵਿੱਚ ਚਮਤਕਾਰੀ ਤਬਦੀਲੀ ਆ ਜਾਵੇਗੀ। ਗੁਰਮੁਖੀ ਲਿਪੀ ਦੀ ਸੁੰਦਰ ਲਿਖਾਈ ਲਈ ਅਸੀਂ ਇਸ ਤਰ੍ਹਾਂ ਕੁਝ ਜਿਹੜੇ ਅਭਿਆਸ ਨੇ ਉਹ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਪੈਨਸਿਲ, ਪੈੱਨ ਜਾਂ ਕਲਮ ਆਦਿ ਨੂੰ ਕੁਦਰਤੀ ਢੰਗ ਦੇ ਨਾਲ ਫੜਨਾ ਅਤੇ ਅੰਗੂਠੇ ਅਤੇ ਉਂਗਲਾਂ ਵਿੱਚ ਘੁਮਾਉਣਾ ਸਿਖਾਉਣਾ ਹੈ। ਕਲਮ ਆਦਿ ਨੂੰ ਫੜਨ ਸਮੇਂ ਹਲਕਾ ਦਬਾਅ ਹੋਵੇ, ਜ਼ਿਆਦਾ ਕੱਸ ਕੇ ਨਾ ਫੜਿਆ ਜਾਵੇ। ਕਲਮ, ਪੈੱਨ ਜਾਂ ਪੈਨਸਿਲ ਨੂੰ ਫੜਨ ਵੇਲੇ ਉਸਦੀ ਨੋਕ ਤੋਂ ਅੰਗੂਠੇ ਅਤੇ ਉਂਗਲਾਂ ਦੀ ਪਕੜ ਦੂਰੀ 1 ਸਮ ਤੋਂ 2 ਸਮ ਦੇ ਦਰਮਿਆਨ ਹੋਵੇ, ਮੀਨਸ 1 ਸੈਂਟੀਮੀਟਰ ਤੋਂ 2 ਸੈਂਟੀਮੀਟਰ ਦੇ ਵਿੱਚ ਹੀ ਹੋਵੇ। ਲਿਖਦੇ ਸਮੇਂ ਕੂਹਣੀ ਦੇ ਪਿਛਲੇ ਪਾਸੇ ਅਤੇ ਕਾਗਜ਼ ਦੇ ਦੋਵੇਂ ਪਾਸੇ ਅਜਿਹੀ ਕੋਈ ਵਸਤੂ ਨਾ ਰੱਖੋ ਜੋ ਲਿਖਣ ਸਮੇਂ ਅੜਿੱਕਾ ਪਾਉਂਦੀ ਹੋਵੇ। ਇਹ ਜਿਹੜੀ ਬਹੁਤ ਹੀ ਵਧੀਆ ਢੰਗ ਦੇ ਨਾਲ ਕਿ ਤੁਸੀਂ ਸੁੰਦਰ ਲਿਖਾਈ ਕਿਵੇਂ ਕਰ ਸਕਦੇ ਹੋ, ਜਗਤਾਰ ਸਿੰਘ ਸੋਖੀ ਜੀ ਦੁਆਰਾ ਇਹ ਦੱਸਿਆ ਗਿਆ ਹੈ। ਅਤੇ ਵੈਸੇ ਵੀ ਇਹਨਾਂ ਦਾ ਜਿਹੜਾ ਪੰਜਾਬੀ ਦੇ ਵਿੱਚ ਬਹੁਤ ਵਧੀਆ ਮੈਂ ਯੋਗਦਾਨ ਦੇਖਦੀ ਹਾਂ। ਹੋਰ ਵੀ ਮੈਂ ਇਹਨਾਂ ਨਾਲ ਸੰਬੰਧਿਤ ਕੁਝ ਜਿਹੜੀਆਂ ਵੀਡੀਓਜ਼ ਨੇ ਅਪਲੋਡ ਕਰੂੰਗੀ। ਅਤੇ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਵੀ ਬੱਚਿਆਂ ਨੂੰ ਦੱਸੋਗੇ ਕਿ ਤੁਸੀਂ ਆਪਣੀ ਜਿਹੜੀ ਲਿਖਾਈ ਹੈ ਉਹਨੂੰ ਸੁੰਦਰ ਕਿਵੇਂ ਬਣਾ ਸਕਦੇ ਹੋ। ਬਹੁਤ ਬਹੁਤ ਧੰਨਵਾਦ ਜੀ।